ਕੈਨੇਡਾ ਦੇ ਸਰੀ ਸ਼ਹਿਰ ਦੇ ਗ੍ਰੇਡ 10 ਵਿੱਚ ਪੜ੍ਹਦੇ 15 ਸਾਲਾਂ ਦੇ ਅਭਿਜੀਤ ਸਿੰਘ ਸਚਲ ਨੂੰ ਪਿਲੀਗ੍ਰੈਮ ਅਵਾਰਡ ਲਈ ਚੁਣਿਆ ਗਿਆ। ਜੀ ਹਾਂ, ਅਭਿਜੀਤ ਸਿੰਘ ਅਪ੍ਰੈਲ ਮਹੀਨੇ ਵਿੱਚ ਪਿਲੀਗ੍ਰੈਮ ਅਵਾਰਡ ਹਾਸਲ ਕਰਨ ਲਈ ਫਰਾਂਸ ਵੱਲ ਰੁੱਖ ਕਰਨਗੇ। ਅਤੇ ਉਹ ਇਕਲੌਤੀ ਭਾਰਤੀ ਕੈਨੇਡੀਅਨ ਨਹੀਂ ਜਿਨ੍ਹਾਂ ਨੂੰ ਇਸ ਅਵਾਰਡ ਲਈ ਚੁਣਿਆ ਗਿਆ, ਜਿਸ ਤੋਂ ਬਾਅਦ ਅਭਿਜੀਤ ਸਿੰਘ ਅਤੇ ਉਹਨਾਂ ਦੇ ਮਾਪੇ ਕਾਫੀ ਉਤਸ਼ਾਹਿਤ ਨੇ। ਸੰਸਾਰ ਭਰ ਵਿੱਚ ਵੱਸਦੇ ਪੰਜਾਬੀਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ 15 ਸਾਲ ਦੇ ਅਭਿਜੀਤ ਸਿੰਘ ਹੋਰਾਂ ਨੂੰ ਪਿਲੀਗ੍ਰੈਮ ਅਵਾਰਡ ਲਈ ਚੁਣਿਆ ਗਿਆ ਹੈ। ਮੇਰੇ ਨਾਲ ਹਨ ਇਸ ਵੇਲੇ ਅਭਿਜੀਤ ਅਤੇ ਉਹਨਾਂ ਦੇ ਪੇਰੈਂਟਸ। ਗੱਲਬਾਤ ਕਰਦੇ ਹਾਂ ਕਿ ਪਿਲੀਗ੍ਰੈਮ ਅਵਾਰਡ ਹੁੰਦੇ ਕੀ ਹਨ। ਹਾਂਜੀ ਅਭੈ, ਕੀ ਹਾਲ? ਹਾਂਜੀ ਵਧੀਆ, ਤੁਹਾਡਾ ਖਿਆਲ? ਠੀਕ ਹੈ। ਸਾਨੂੰ ਸਭ ਤੋਂ ਪਹਿਲਾਂ ਦੱਸੋ ਕਿ ਪਿਲੀਗ੍ਰੈਮ ਅਵਾਰਡ ਹੈ ਕੀ? ਹਾਂਜੀ, ਵਿਮੀ ਰੇਜ ਇੱਕ ਫਾਊਂਡੇਸ਼ਨ ਹੈ ਜਿਹੜੀ 17 ਬੱਚੇ ਕੈਨੇਡਾ ਨੂੰ ਅਵਾਰਡ ਦਿੰਦੇ, ਅਤੇ ਮੈਂ ਇੱਕ ਬੱਚਾ ਸੀ, ਸਿਰਫ ਮੈਂ ਇੰਡੋ ਕੈਨੇਡੀਅਨ ਬੱਚਾ ਸੀ। ਹਾਂਜੀ, ਇਹਨਾਂ ਨੂੰ ਚੁਣਿਆ ਗਿਆ। ਹਾਂਜੀ, ਕਿੰਨੇ ਟੋਟਲ ਕਿੰਨੇ ਬੱਚੇ? 17 ਬੱਚੇ ਕੈਨੇਡਾ ਤੋਂ। ਓਕੇ, ਤਾਂ ਹੁਣ ਇਹ ਕੀ ਹੋਏਗਾ, ਅਵਾਰਡ ਤੁਹਾਨੂੰ ਕਿੱਥੇ ਮਿਲੇਗਾ, ਕਿੱਥੇ ਜਾ ਰਹੇ ਹੋ ਤੁਸੀਂ? ਅਸੀਂ ਸਾਰੇ ਫਰਾਂਸ ਅਤੇ ਬੈਲਜੀਅਮ ਜਾਊਂਗੇ, ਅਤੇ ਉੱਥੇ ਜਾ ਕੇ ਫਿਰ ਵਾਰ ਮੋਨੂਮੈਂਟਸ ਦੇਖਾਂਗੇ ਅਤੇ ਸਭ ਕੁਛ ਹਿਸਟਰੀ ਦੇ ਬਾਰੇ ਸਿੱਖਾਂਗੇ ਅਤੇ ਸਾਰਾ ਕੁਛ। ਵਿਮੀ ਰਿਜ ਫਾਊਂਡੇਸ਼ਨ ਇਸ ਸਾਲ, ਕਿਉਂਕਿ 100 ਸਾਲ ਹੋ ਗਏ ਨੇ ਫਸਟ ਵਰਲਡ ਵਾਰ ਨੂੰ, ਸੋ ਉਹਨੂੰ ਕਮੈਮੋਰੇਟ ਕਰਨ ਵਾਸਤੇ ਇਹ ਹਰ ਸਾਲ ਵੈਸੇ ਬੱਚੇ ਭੇਜਦੇ ਨੇ ਉੱਥੇ ਫਰਾਂਸ ਅਤੇ ਬੈਲਜੀਅਮ ਵਿੱਚ। ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਪਹਿਲੀ ਮਹਾਂਜੰਗ ਵਿੱਚ ਤਕਰੀਬਨ 64,000 ਕੈਨੇਡੀਅਨਸ ਦੀ ਸ਼ਹੀਦ ਹੋਏ ਸੀ ਫੌਜੀ, ਅਤੇ ਭਾਰਤੀ ਫੌਜੀ ਜਿਹੜੇ ਸੀ ਉਸ ਸਮੇਂ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਹੈਗੇ ਸੀ, ਤਾਂ ਉਹ ਤਕਰੀਬਨ 74,000 ਹੋਏ ਸੀ। ਸੋ ਕੈਨੇਡਾ ਅਤੇ ਇੰਡੀਆ ਦਾ ਜਿਹੜਾ ਇੱਕ ਕਲੋਜ਼ ਸੰਬੰਧ ਹੈਗਾ, ਅਭੀ ਨੇ ਇਸ ਐਪਲੀਕੇਸ਼ਨ ਨੂੰ ਆਪ ਭਰਿਆ, ਅਤੇ ਕਿਉਂਕਿ ਇਹਦੇ ਫਾਦਰ, ਇਹਦੇ ਦਾਦਾ ਜੀ ਆਰਮੀ 'ਚ ਹੈਗੇ ਸੀ, ਤਾਂ ਇੰਸਪਾਇਰ ਹੋ ਕੇ ਇਸਨੇ ਇੱਕ ਐਸੇ ਲਿਖਿਆ ਹੈਗਾ ਸੀ। ਅਤੇ ਉਸ ਤੋਂ ਬਾਅਦ 17 ਬੱਚੇ ਪੂਰੇ ਕੈਨੇਡਾ ਵਿੱਚੋਂ ਸਿਲੈਕਟ ਹੋਏ ਨੇ। ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾਣਗੇ ਫਰਾਂਸ ਅਤੇ ਬੈਲਜੀਅਮ। ਉੱਥੇ ਵਿਮੀ ਰਿਜ ਦੀ ਬੈਟਲ ਜਿਹੜੀ ਹੋਈ ਸੀ, ਇੱਕ ਬੜੀ ਇੰਪੋਰਟੈਂਟ ਬੈਟਲ ਹੈਗੀ ਸੀ, ਉੱਥੇ ਇੱਕ ਮੈਮੋਰੀਅਲ ਵੀ ਕੰਸਟਰਕਟ ਕੀਤਾ ਗਿਆ। ਸੋ ਕਿਉਂਕਿ ਫਸਟ ਵਰਲਡ ਵਾਰ ਨੂੰ 100 ਸਾਲ ਹੋ ਚੁੱਕੇ ਨੇ, ਤਾਂ ਉੱਥੇ ਪੂਰੀ ਦੁਨੀਆ ਭਰ 'ਚੋਂ ਉੱਥੇ ਫੌਜੀ ਆਉਣਗੇ, ਲੋਕ ਆਉਣਗੇ ਅਤੇ ਸ਼ਰਧਾਂਜਲੀਆਂ ਅਰਪਣ ਕਰਨਗੇ ਉਹਨਾਂ ਫੌਜੀਆਂ ਨੂੰ ਜਿਨ੍ਹਾਂ ਨੇ ਕਿ ਸ਼ਹਾਦਤ ਦਿੱਤੀ। ਸਿਲੈਕਸ਼ਨ ਦੇ ਬੇਸਿਕ ਕ੍ਰਾਈਟੇਰੀਆ ਜਿਹੜੇ ਬੱਚੇ ਨੇ ਸੋਸ਼ਲ ਵਰਕ ਕਰਦੇ ਅਤੇ ਵਾਲੰਟੀਅਰ ਦੇ ਵਰਕ, ਕਿਉਂਕਿ ਮੈਂ ਸਕੂਲ ਦੇ ਨਾਲ ਬਹੁਤ ਇਨਵਾਇਰਮੈਂਟਲ ਵਰਕ ਕੀਤਾ ਅਤੇ ਕਮਿਊਨਿਟੀ ਦੇ ਨਾਲ ਹੋਰ ਇਸ਼ੂਜ਼ 'ਤੇ ਵੀ ਐਕਟ ਕੀਤਾ। ਸੋ ਇਹ ਰੀਜ਼ਨ ਸੀਗਾ ਜਿਸ ਤੇ ਤੁਹਾਡੀ ਸਿਲੈਕਸ਼ਨ ਹੋਈ। ਹਾਂਜੀ, ਅਤੇ ਮੇਰੇ ਐਕਸਟਰਾ ਕਰਿਕੁਲਰਸ, ਕਿਉਂਕਿ ਮੈਂ ਟਾਈਮ ਮੈਨੇਜ ਬਹੁਤ ਕਰਦਾ, ਅਤੇ ਫਿਰ ਇਹ ਸਾਰੇ ਦੇ ਨਾਲ ਮੈਂ ਹਾਕੀ ਵੀ ਖੇਡਦਾ, ਪੀਆਨੋ ਵੀ ਕਰਦਾ, ਅਤੇ ਫਿਰ ਇਹ ਸਾਰਾ ਕੁਛ ਜਦੋਂ ਮੈਂ ਸੋਸ਼ਲ ਵਰਕ ਵੀ ਕਰਦਾ, ਸਾਰਾ ਕੁਛ ਅਕਾਊਂਟੈਂਟ ਸੀ। ਪਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਸਾਰਾ ਇਹ ਇੰਨਾ ਕੰਮ? ਹਾਕੀ ਵੀ ਖੇਡਦੇ ਹੋ, ਪਿਆਨੋ ਵੀ ਵਜਾਉਂਦੇ, ਫਿਰ ਸੋਸ਼ਲ ਵਰਕ ਵੀ ਕਰਦੇ, ਸਕੂਲ ਵੀ ਜਾਣਾ, ਹਾਊ ਯੂ ਮੈਨੇਜ ਦਿਸ? ਮੇਰਾ ਬੇਸਿਕ ਚੀਜ਼ ਹੈਗਾ ਕਿ ਜਸਟ ਡੂ ਵਟ ਯੂ ਡੂਇੰਗ ਐਟ ਵਾਂਸ, ਅਤੇ ਫਿਰ ਸਭ ਕੁਛ ਜਸਟ ਮੈਨੇਜ ਇਟ ਵਾਈਲ ਯੂ ਡੂਇੰਗ ਇਟ, ਸੋ ਫੋਕਸ ਕਰਕੇ ਕੰਮ ਫਿਨਿਸ਼ ਕਰੋ। ਜੇ ਤੁਸੀਂ ਇੱਕ ਟਿਪ ਦੇਣਾ ਹੋਵੇ ਆਪਣੀ ਏਜ ਦੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਨੇ ਜਾਂ ਗ੍ਰੇਡ 8-9 ਦੇ ਸਟੂਡੈਂਟ, ਤੁਸੀਂ ਗ੍ਰੇਡ 10 'ਚ, ਕੀ ਟਿਪ ਹੋਏਗੀ ਉਹਨਾਂ ਦੇ? ਮੇਰਾ ਬੇਸਿਕ ਟਿਪ ਹੈਗਾ ਕਿ ਜਸਟ ਵਰਕ ਯੂਰ ਹਾਰਡੈਸਟ ਐਂਡ ਯੂਲ ਗੈਟ ਦ ਬੈਸਟ ਰਿਜ਼ਲਟਸ। ਅਭੈ ਨੇ ਪਿੱਛੇ ਜੇ ਆਰਟਿਕ ਦਾ ਟੂਰ ਕੀਤਾ, ਉਸ ਤੋਂ ਪਿਆਨੋ ਦੇ ਵਿੱਚ ਵੀ ਇਹਨਾਂ ਨੇ ਅਵਾਰਡ ਲਿਆ, ਜਦੋਂ ਸਾਰੇ ਅਵਾਰਡ ਦੇਖਦੇ ਹੋ ਤੁਸੀਂ ਆਪਣੇ ਆਪ ਨੂੰ ਐਜ਼ ਏ ਪੇਰੈਂਟਸ ਕਿੱਦਾਂ ਮਹਿਸੂਸ ਕਰ? ਦੇਖੋ, ਹਰ ਇੱਕ ਮਾਂ ਬਾਪ ਜਿਹੜਾ ਹੈਗਾ ਖੁਸ਼ ਹੁੰਦਾ ਜਦੋਂ ਉਸਦਾ ਬੱਚਾ ਕੋਈ ਨਾ ਕੋਈ ਪ੍ਰਾਪਤੀ ਕਰਦਾ, ਪਰ ਮੈਨੂੰ ਮਾਣ ਹੈ ਕਿ ਸਾਡੀ ਕਮਿਊਨਿਟੀ ਵਿੱਚੋਂ ਇਕੱਲਾ ਬੱਚਾ ਪਹਿਲਾਂ ਵੀ ਸਿਲੈਕਟ ਹੋਇਆ ਸੀ ਜਦੋਂ ਆਰਕਟਿਕ ਵਿੱਚ ਗਿਆ, ਓਨਲੀ ਇੰਡੋ ਕੈਨੇਡੀਅਨ ਜਿਹੜਾ ਕਿ ਉੱਥੇ ਜਾ ਕੇ 100 ਬੱਚੇ ਦੁਨੀਆ ਭਰ 'ਚੋਂ ਚੁਣੇ ਗਏ ਸੀ, ਅਤੇ ਹੁਣ ਇਹ ਅਗੇਨ ਇਕੱਲਾ ਇੰਡੋ ਕੈਨੇਡੀਅਨ ਹੈਗਾ ਜਿਹੜਾ ਕਿ ਹੁਣ ਵਿਮੀ ਰਿਜ ਫਾਊਂਡੇਸ਼ਨ ਵੱਲੋਂ ਸਿਲੈਕਟ ਹੋਇਆ ਗਿਆ। ਸੋ ਸਾਨੂੰ ਬੜਾ ਮਾਣ ਹੁੰਦਾ, ਪਰ ਨਾਲ ਇਹ ਵੀ ਸਾਨੂੰ ਗਰਵ ਹੈਗਾ ਕਿ ਇਹੋ ਜਿਹੇ ਬੱਚੇ ਹੋਰ ਸਾਡੇ ਕਮਿਊਨਿਟੀ 'ਚੋਂ ਅੱਗੇ ਆਉਣ, ਕਿਉਂਕਿ ਜਿੱਥੇ ਇੱਕ ਪਾਸੇ ਅਸੀਂ ਥੋੜ੍ਹਾ ਜਿਹਾ ਚਿੰਤਤ ਹੈਗੇ ਹਾਂ ਕਿ ਸਾਡੇ ਕਈ ਬੱਚੇ ਗਲਤ ਰਾਹਾਂ ਨੂੰ ਤੁਰ ਪਏ, ਡਰੱਗਸ ਵਗੈਰਾ ਦੀ, ਗੈਂਗਸ ਵਾਇਲੈਂਸ ਦੀ ਗੱਲ ਹੁੰਦੀ ਹੈ, ਸਰੀ ਦਾ ਜਦੋਂ ਵੀ ਨਾਂ ਆਉਂਦਾ ਹੈ, ਜਦੋਂ ਦੁਨੀਆ ਭਰ ਵਿੱਚ ਖਾਸ ਤੌਰ 'ਤੇ ਪੰਜਾਬ 'ਚ ਗੱਲ ਕਰੀਦੇ, ਤਾਂ ਕਹਿੰਦੇ ਉਹ ਸਰੀ ਦਾ ਇੱਕ ਨਾ ਗਲਤ ਤਰੀਕੇ ਦੀ ਇਮੇਜ ਜਿਹੜੀ ਸਾਡੀ ਬਣ ਰਹੀ ਹੈਗੀ। ਇਹ ਸਾਨੂੰ ਸਰਦਾਰ ਹਰਪ੍ਰੀਤ ਸਿੰਘ ਅਬੇ ਦੇ ਫਾਦਰ ਇਸ ਵੇਲੇ ਬੜੇ ਪ੍ਰਾਊਡ ਮਹਿਸੂਸ ਕਰ ਰਹੇ ਨੇ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ।